369 ਨੰਬਰ ਜਿਹੜੀ ਆਹ ਵਿਚਾਰੇ ਖੜੀ ਹੈ ਇਹ ਨੀਲੀ ਰਾਵਲ ਨਸਲ ਦਾ ਇਹਨੇ ਮੁਕਾਬਲਾ ਜਿੱਤਿਆ। ਲਓ ਵੀ ਇਹ ਪਹਿਲੇ ਨੰਬਰ ਤੇ ਆ ਗਈ, ਇਹ ਰੋਡਾਂ ਵਾਲੇ ਸਾਨ ਦੇ ਉਹਦੇ ਵਿੱਚੋਂ ਆ ਗਈ, ਬਲੱਡ ਲਾਈਨ ਦੇ ਵਿੱਚੋਂ ਆ ਗਈ। ਟੋਕਨ ਨੰਬਰ ਹੈਗਾ ਜੀ 1086। ਦੂਜਾ ਨੰਬਰ ਆ ਬਾਈ 1086 ਵਾਲਿਆ ਦੂਜੇ ਨੰਬਰ ਤੇ ਆਈ ਆ, ਇਹ ਕੰਡੇ ਵਾਲੀ ਸਾਂਹ ਦੀ ਆ ਜੀ, ਦੇਖ ਸਕਦੇ ਝੋਟੇ ਦੀ ਬੱਚੀ ਆ ਕੰਡੇ ਵਾਲੇ ਦੀ ਬਾਰਡਰ ਬੈਲਟਾ ਕੰਡੇ ਵਾਲੇ ਝੋਟੇ ਦੀ ਬਾਈ ਸੁਣ ਕਿੰਨਾ ਕਟਾਲੀ ਆ ਤੀਜੇ ਨੰਬਰ ਤੇ ਆ ਗਈ ਰੋਡੇ ਵਾਲਿਆਂ ਦੀ। ਮੇਰੇ ਕੋਲੇ ਟੈਗ ਨੰਬਰ ਲਿਖਿਆ ਬਾਹੂਬਲੀ ਝੋਟੇ ਦੀ ਇਹ ਬਾਹੂਬਲੀ ਝੋਟੇ ਦੀ ਹੈਗੀ, ਦੇਖ ਸਕਦੇ ਤੁਸੀਂ ਇਹ ਤੀਜੇ ਨੰਬਰ ਤੇ ਆਈ ਹੈਗੀ। ਲੈ ਬਣਾਓ ਰੇ ਇਹ ਤਾਂ ਮੇਲੇ ਕਰਕੇ ਫੁੱਲ ਫੁੱਲ ਜਿੱਤਣੇ ਪੈਂਦੇ ਆ ਫੌਜੀ ਸਾਹਿਬ। ਤੀਜੇ ਨੰਬਰ ਤੇ ਆਈ ਆ, ਦੁੱਧ ਵੀ ਓਨਾ ਹੀ ਦਿੰਦੀ ਆ, ਕਹਿੰਦੇ ਵੀ ਬਸ ਇੱਕ ਦੋ ਸਕੂਰਾਂ ਦਾ ਹੀ ਫਰਕ ਪੈ ਗਿਆ ਤੇ ਨਹੀਂ ਇਹਨੇ ਵੀ ਪਹਿਲੇ ਨੰਬਰ ਤੇ ਆ ਜਾਣਾ ਸੀ। ਹੁਣ ਚੌਥੇ ਵਾਲਾ ਤਿਆਰ ਰਹੋ, ਮੰਨੋ ਇਹ ਖੱਟਾ ਫੁੱਲ ਲੈ ਗਏ ਫੌਜੀ ਸਾਹਿਬ। ਫੌਜੀ ਸਾਹਿਬ ਮੇਲੇ ਕੀਤਿਆਂ ਦਾ ਮੁੱਲ ਪੈ ਗਿਆ, ਸਵਾਦ ਆ ਗਿਆ ਸਨੀ ਬਾਈ, ਰੌਣਕਾਂ ਫਾਈਨਲ ਮੈਚ ਜਿੰਨੀਆਂ ਹੋਣਾ। ਲਓ ਵੀ ਦੋਸਤੋ ਪਹਿਲੇ ਨੰਬਰ ਵਾਲੀ ਤੁਸੀਂ ਇੱਕ ਵਾਰੀ ਫੇਰ ਦੇਖ ਸਕਦੇ ਹੋ, ਇਹ ਰੋਡਾਂ ਵਾਲੇ ਰਵੇ ਦੇ ਵਿੱਚੋਂ ਆ ਇਹ ਚੌਥੇ ਨੰਬਰ ਤੇ ਆਈ ਹੈ ਜੀ, ਇਹ ਪਾਵਰ ਬੰਨ ਦੀ ਹੈਗੀ। ਇਹ ਤਾਂ ਦੁੱਧ ਤਾਂ ਫਿਰ ਪੂਰਾ ਦਿੱਤ ਕੋਈ ਹੋਊਗੀ, ਪਾਵਰ ਦੀ ਤਾਂ ਬਾਈ ਵਾਵਾ ਚਿਰ ਤੋਂ ਚੜਾਈ ਆ। ਅੱਛਾ ਜੀ ਇਹ
ਅੱਗੇ ਨੂੰ ਆਇਆ ਜੀ ਦੇਖਿਓ ਬਾਈ ਦੇਖਿਓ